ਤੂੰ ਜ਼ਿੰਦਗੀ ਲੋੜਦਾ ਪਰ ਉਪਕਾਰ ਦੇ ਲਈ ਪਰ ਉਪਕਾਰ ਦੇ ਲਈ ਹਲਾਕ ਹੋ ਜਾ ਲਾ ਦੇ ਦੂਈ ਦੁਵੈਤ ਦੀ ਮੈਲ ਦਿਲ ਤੋਂ ਮਾਣ ਤਾਣ ਛੱਡ ਕੇ ਹੌਲਾ ਕਾਕ ਹੋ ਜਾ ਯੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਤੇ ਚੌਧਰ ਪੁਣਾ ਤੇ ਆਗ ਕੇ ਚਾਕ ਹੋ ਜਾ ਪਲਕਾਂ ਉੱਪਰ ਬਿਠਾਉਣਗੇ ਲੋਕ ਤੈਨੂੰ ਹੋ ਤੂੰ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ ਹੁਸਨ ਅਮਾਨਤ ਧਰਤੀ ਦੀਏ ਇਹਨੇ ਆਖਰ ਮਿੱਟੀ ਹੋਣਾ ਰੁੱਤਾਂ ਕੋਲੋਂ ਸ਼ਕਲਾਂ ਸਿੱਖਿਆ ਨਹੀਂ ਇੱਕ ਜਗ੍ਹਾ ਖਲੋਣਾ ਸ਼ਾਹ ਹੁਸਨ ਦਾ ਰੋਂਦਾ ਤੁਰ ਗਿਆ ਜੂਸ ਬਾਵਿਕ ਬਜ਼ਾਰੀ ਉਹੀ ਜਗ ਦਾ ਚੰਦਰਮਾ ਹੈ ਕੰਮ ਕਰੇ ਜੋ ਸੋਹਣਾ ਕੰਮ ਕਰੇ ਜੋ ਸੋਹਣਾ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਦੀ ਦੂਰ ਹੋਈ ਤੈਥੋਂ ਨਮਾਣੀ ਚੈਨ ਪਾਇਆ ਨਹੀਂ ਏਤੀ ਮਾਰ ਪੈਂਦੀ ਨੂੰ ਉਹ ਤੈਨੂੰ ਦਰਦ ਆਇਆ ਨਹੀਂ ਜੁਦਾਈਆਂ ਜਾਲਤੀ ਜ਼ਿੰਦਗੀ ਹੈ ਮੇਰਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜਦੋਂ ਦੀ ਦੂਰ ਹੋਈ ਤੈਥੋਂ ਨਮਾਣੀ ਚੈਨ ਪਾਇਆ ਨਹੀਂ ਏਤੀ ਮਾਰ ਪੈਂਦੀ ਨੂੰ ਤੈਨੂੰ ਦਰਦ ਆਇਆ ਨਹੀਂ ਉਹ ਏਤੀ ਮਾਰ ਪੈਂਦੀ ਨੂੰ ਤੈਨੂੰ ਦਰਦ ਆਇਆ ਨਹੀਂ ਜੁਦਾਈਆਂ ਜਾਲਤੀ ਜ਼ਿੰਦਗੀ ਹੈ ਮੇਰਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਨਾ ਜਾਣਾ ਦੂਰ ਕੀਤਾ ਤੂੰ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸਾਹਿਬ ਜੂਦੇ ਹਾਂ ਤੇਰੀਆਂ ਬਰਕਤਾਂ ਕਰਕੇ ਓ ਥੱਕੀ ਮਾਰ ਕੇ ਹਾਂ ਥੱਕੀ ਮਾਰ ਕੇ ਹਾਕਾਂ ਕੇ ਮੋਗਰਿਸਤ ਤੇਰੀ ਦਾ ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਮਰਦ ਰੋਪਤੀ ਜਾਂਦੀ ਜੇ ਨਾ ਬੋੜ ਦੋ ਪਿਆਰੇ ਜਿਵੇਂ ਆ ਪੀਲਣੀ ਤਾਰੀ ਇਵੇਂ ਆ ਬੋੜ ਕੇ ਪਿਆਰੇ ਬੜਾ ਰੰਗ ਰਾਨਾਮ ਤੇ ਚੜਿਆ ਉਹ ਕਥਾ ਵਸ਼ਿਸ਼ਟ ਤੇਰੀ ਦਾ ਕਥਾ ਵਸ਼ਿਸ਼ਟ ਤੇਰੀ ਦਾ ਬੜਾ ਰੰਗ ਰਾਮ ਤੇ ਚੜਿਆ ਕਥਾ ਵਸ਼ਿਸ਼ਟ ਤੇਰੀ ਦਾ
जलवा जिंद चाहुंदी है गुरु जी दृष्ट तेरी दा। गिणा दी तार टिल्ली है ते तुम्बा खड़कदा क्यों नहीं, सुटदा तनश क्यों अर्जन मैदाने बड़कदा क्यों नहीं। जुआ खा गया अकला बुद्धि तारिट तेरी दा। जलवा जिंद चाहुंदी है गुरु जी दृष्ट तेरी दा। नवा दे तोड़ लगिया नू पुला क्यों सुखन प्यारा दा। नभा दे तोड़ लगिया नू पुला क्यों सुखन प्यारा दा। मेरे प्रीत मां सुनिया तू पक्का यार यारा दा। ओ मेरे प्रीत मां सुनिया तू पक्का यार यारा दा। ए नगमा प्यार दा भरिया है पिया प्रिश्त तेरी दा। जलवा जिंद चाहुंदी है गुरु जी दृष्ट तेरी दा। ओ आजा सोनिया आजा तड़फ दी जान दे बदले, अपने बिरद दे बदले, हो धर्म ईमान दे बदले। दमा दी रास दा कर जा दमा दी रास दा कर जा। फिकर है किश्त तेरी दा। जलवा जिंद चाहुंदी है गुरु जी दृष्ट तेरी दा। ओ चली बाबरी होई मैं चली बाबरी होई, हो जिंदड़ी चैन लेंदी नहीं। जिन्ना चिर हरी नहीं मिलिया ओ मीरा टेक के भिंदी नहीं। ओ अनपढ़ सार की जाना ओ नंबर लिस्ट तेरी दा। ओ नंबर लिस्ट तेरी दा। ओ नंबर लिस्ट तेरी दा। अनपढ़ सार की जाना नंबर लिस्ट तेरी दा। जलवा जिंद चाहुंदी है गुरु जी दृष्ट तेरी दा। कोई डब जोर नहीं चलदा मेरे विच अकला भी कम ने। खाले लोड़ा गर जाने बचे बस चंद ही दम ने। ओ खाले लोड़ा गर जाने बचे बस चंद ही दम ने। ओ दीवाना बन गया बैंका यो बन गया बैंका है बहिष्ट तेरी दा। जलवा जिंद चाहुंदी है गुरु जी दृष्ट तेरी दा। जलवा जिंद चाहुंदी है गुरु जी दृष्ट तेरी दा। सतगुरु जी दी पावन पवित्र हजूरी च जुड़ बैठे गुरु के प्यारियो, आप बड़े करमा भागा वाले जे जिहड़े अपना कीमती टाइम सतगुरु जी दे लेखे विच लाउंदे जे। नहीं ते मनुख कोल टाइम है किथे आ, फिर जे हैगा भी आ ते उहदा मन बुरे करमा वल भटकदा, अपने निजी कम्मां वल भटकदा रहिंदा ते उह इसे करके जिंदगी विच धक्के खांदा। क्योंकि असी इस हीरे रूपी जवाहर रूपी ये जो सानू वाहिगुरु ने स्वास बख्शे ने, असल विच असी इना नू चंगे थां वरत नहीं सके। लेकिन दिन जिस दिन जिंदगी दी समझ पै गई, जिस दिन समझ पै गई कि जिंदगी उना लोकां दी है जिन्हां ने कुछ जिंदगी विच सिखिया है, जिन्हां ने जिंदगी विच ज्ञान प्राप्त कीता। सो आप कर्मा भागा वाले गुरु के प्यारियो, आओ एक बार प्यार नाल आखो जी सतनाम श्री वाहेगुरु जी। फतेह दी सांझ पाईए, प्यार नाल आखो जी वाहेगुरु जी का खालसा वाहेगुरु जी की फतेह।
ਅੱਜ ਦਾ ਇਤਿਹਾਸ ਵੀ ਮੈਂ ਜੋ ਕਹਿਣ ਲੱਗਾ ਹਾਂ ਉਹ ਇਨ ਬਿੰਨ ਹੈ ਕਿ ਜਿਨ੍ਹਾਂ ਨੇ ਜ਼ਿੰਦਗੀ ਚ ਕੁਝ ਸੁਣਿਆ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਝ ਚੰਗਾ ਗਾਵਿਆ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਨਾਮ ਜਪਿਆ, ਉਹ ਲਾਹ ਖੱਟ ਕੇ ਲੈ ਗਏ। ਅੱਜ ਵੀ ਤੁਸੀਂ ਬਹੁਤ ਸਾਰੇ ਵੇਖੋ ਲੋਕ ਨੇ ਜਿਨ੍ਹਾਂ ਨੂੰ ਬਹੁਤ ਕੁਝ ਯਾਦ ਆ, ਲੇਕਿਨ ਉਹ ਯਾਦ ਉਸ ਤਰ੍ਹਾਂ ਦਾ ਜਿੱਦਾਂ ਵਾਰਸ ਸ਼ਾਹ ਨੂੰ ਉਹਦੇ ਮੁਰਸ਼ਦ ਨੇ ਆਖਿਆ ਸੀ, ਗੁਰੂ ਨੇ ਆਖਿਆ। ਉਹਨੇ ਆਖਿਆ ਵਾਰਸ ਸ਼ਾਹ ਆਪਣੇ ਦਿਮਾਗ ਵਿੱਚੋਂ ਹੀਰੇ ਮੋਤੀ ਤੂੰ ਕੱਢੇ, ਲੇਕਿਨ ਇਹਨਾਂ ਨੂੰ ਤੂੰ ਇੱਕ ਮੁੰਜ ਦੀ ਰੱਸੀ ਵਿੱਚ ਪਰੋ ਦਿੱਤਾ। ਕਈ ਵਾਰ ਇਸੇ ਤਰ੍ਹਾਂ ਹੁੰਦਾ, ਸਾਡੇ ਕੋਲ ਪੈਸਾ ਹੁੰਦਾ, ਧਨ ਦੌਲਤ ਹੁੰਦਾ, ਲੇਕਿਨ ਅਸੀਂ ਬੁਰੇ ਕੰਮਾਂ ਤੇ ਲਾ ਦਿੰਦੇ ਹਾਂ, ਚੰਗੇ ਕੰਮ ਤੇ ਨਹੀਂ ਲਾਉਂਦੇ। ਮੈਂ ਪਿੱਛੇ ਜੇ ਮੇਰੇ ਭਣੇਵੇਂ ਦਾ ਵਿਆਹ ਸੀ, ਭਾਣਜੇ ਦਾ ਜਿਹਨੂੰ ਕਹਿੰਦੇ ਹਾਂ, ਤੇ ਗਏ ਤੇ ਉਹ ਨਿੱਕਾ ਜਿਹਾ ਸਾਡਾ ਮੁੰਡਾ ਮੈਨੂੰ ਕਹਿੰਦਾ, ਮਾਮਾ ਜੀ ਕਿੰਨੇ ਪੈਸੇ ਸੁੱਟੋਗੇ? ਮੈਂ ਕਿਹਾ ਵੀ ਸੁੱਟੂਗਾ, ਮੈਂ ਗੱਲ ਨਹੀਂ ਸਮਝਿਆ। ਕਹਿੰਦਾ ਲੈ ਕੋਈ ਨਾ ਕੋਈ ਉੱਥੇ ਗਾਉਣ ਵਾਲੀ ਆਊ, ਕੋਈ ਨਾ ਕੋਈ ਹੋਊ, ਤੇ ਪੈਸੇ ਕਿੰਨੇ ਸੁੱਟੇਗਾ? ਮੈਂ ਕਿਹਾ ਸੁੱਟਦੇ ਮੂਰਖ ਹੁੰਦੇ ਆ, ਸਿਆਣੇ ਲੋਕ ਵੀ ਪੈਸੇ ਸੁੱਟਦੇ, ਸਿਆਣੇ ਲੋਕ ਤੇ ਪੈਸੇ ਦੀ ਕਦਰ ਕਰਦੇ ਨੇ। ਅਗਰ ਤੁਹਾਨੂੰ ਪੈਸਾ ਵਾਹਿਗੁਰੂ ਨੇ ਦਿੱਤਾ ਤੇ ਜੇ ਤੁਸੀਂ ਕੋਈ ਸਕੂਲ ਬਣਾ ਦਿੰਦੇ ਆ, ਕੋਈ ਗੁਰਦੁਆਰਾ ਸਾਹਿਬ ਬਣਾ ਦਿੰਦਾ, ਕਿਸੇ ਗਰੀਬ ਦੀ ਬੱਚੀ ਦੇ ਵਿਆਹ ਉੱਤੇ ਲਾ ਦਿੰਦੇ ਆ, ਕਿਸੇ ਗਰੀਬ ਬੱਚੇ ਦੀ ਪੜ੍ਹਾਈ ਉੱਤੇ ਲਾ ਦਿੰਦੇ ਆ, ਤੇ ਇਹ ਤੇ ਪੈਸਾ ਤੁਹਾਡਾ ਧਰਮ ਦੇ ਕੰਮ ਤੇ ਲੱਗ ਗਿਆ, ਤੇ ਜਿਹੜੇ ਤੁਸੀਂ ਗਲਤ ਕੰਮਾਂ ਤੇ ਪੈਸੇ ਲਾ ਦਿੱਤੇ ਉਹਨਾਂ ਦਾ ਕੋਈ ਅਰਥ ਨਾ ਰਿਹਾ। ਸੋ ਗੁਰੂ ਕੇ ਪਿਆਰਿਓ, ਜ਼ਿੰਦਗੀ ਐਸੀ ਹੈ। ਆਓ ਮੈਂ ਅੱਜ ਇੱਕ ਭੈਣ, ਇੱਕ ਧਰਮਣ ਦੇਵੀ, ਜਿਨ ਇੱਕ ਭੁੱਲੇ ਭਟਕੇ ਭਾਵੇਂ ਰਿਸ਼ਤੇਦਾਰੀ ਚੋਂ ਉਹਦੇ ਸਹੁਰਾ ਸਾਹਿਬ ਨੇ ਤਾਏ ਲੱਗਦੇ ਨੇ, ਲੇਕਿਨ ਉਹਦੀ ਸੱਚੀ ਭਗਤੀ ਨੇ, ਗੁਰੂ ਦੀ ਲਗਨ ਨੇ ਕਿੰਨਾ ਮਾਣ ਦੇ ਦਿੱਤਾ। ਜਿਹੜਾ ਇੱਕ ਦੇਵੀ ਦਾ ਪੁਜਾਰੀ ਸੀ, ਜਿਹੜਾ ਕੇਵਲ ਤੀਰਥਾਂ ਤੇ ਇਸ਼ਨਾਨ ਕਰਦਾ ਸੀ, ਜਿਹਨਾਂ ਆਪਣੇ ਜੀਵਨ ਨੂੰ ਕਰਮਾਂ ਕਾਂਡਾਂ ਵਿੱਚ ਗਵਾ ਲਿਆ। ਅੱਜ ਵੀ ਆਪਾਂ ਵੇਖਦੇ ਹਾਂ ਸਾਡਾ ਜ਼ਿੰਦਗੀ ਦਾ ਬਹੁਤ ਹਿੱਸਾ ਕਰਮ ਕਾਂਡਾਂ ਵਿੱਚ ਹੀ ਚਲੇ ਜਾਂਦਾ, ਕੇਵਲ ਵਿਖਾਉਣ ਲਈ ਕਿ ਮੈਂ ਦਾਨੀ ਬੜਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਦੋ ਪੁੱਤਰ ਸਨ, ਭਾਈ ਦਾਤੂ ਜੀ, ਭਾਈ ਦਾਸੂ ਜੀ, ਦੋ ਬੱਚੀਆਂ ਸਨ, ਜਿਨ੍ਹਾਂ ਚੋਂ ਵੱਡੀ ਪੁੱਤਰੀ ਸੀ ਬੀਬੀ ਅਮਰੋ ਜੀ। ਬੀਬੀ ਅਮਰੋ ਜੀ ਦਾ ਜਦੋਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਤੇ ਬਹੁਤ ਹੀ ਉਸ ਧਰਮਣ ਦੇਵੀ ਨੇ ਜੋ ਦੁਨੀਆਂ ਵਿੱਚ ਨਾਮ ਖੱਟਿਆ, ਦੂਸਰੀ ਪੁੱਤਰੀ ਆ ਬੀਬੀ ਅਨੋਖੀ ਜੀ। ਦੂਸਰੇ ਪਾਸੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਤੇ ਭਾਈ ਤੇਜ ਭਾਨ ਦੇ ਘਰ ਜਿਹੜੇ ਸੀ ਚਾਰ ਬੱਚਿਆਂ ਨੇ, ਚਾਰ ਪੁੱਤਰਾਂ ਨੇ ਜਨਮ ਲਿਆ, ਵੱਡੇ ਸਨ, ਜਿਨ੍ਹਾਂ ਨੂੰ ਅਸੀਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਾਂ। ਉਸ ਵੇਲੇ ਦੀ ਕਹਾਣੀ ਆ ਜਦੋਂ ਹਾਲੇ ਕੇਵਲ ਉਹ ਇੱਕ ਬਾਬਾ ਅਮਰਦਾਸ ਜੀ ਨੇ, ਇਹਨਾਂ ਦੇ ਤਿੰਨ ਭਰਾ ਨੇ ਜਿਨ੍ਹਾਂ ਚੋਂ ਇੱਕ ਬੜਾ ਹੀ ਪਿਆਰਾ ਨਾਮ ਆਉਂਦਾ, ਬਾਬਾ ਮਾਣਕ ਚੰਦ ਜੀ, ਜਿਨ੍ਹਾਂ ਦੇ ਪੁੱਤਰ ਭਾਈ ਜੱਸੂ ਜੀ ਹੋਏ ਨੇ। ਇੱਕ ਨੇ ਭਾਈ ਖੇਮ ਰਾਏ ਜੀ। ਇਸ ਤਰ੍ਹਾਂ ਇਹ ਪਰਿਵਾਰ ਬੜਾ ਅਮੀਰ ਪਰਿਵਾਰ ਆ।
ਤੇ ਬਾਬਾ ਮਾਨਕ ਚੰਦ ਜੀ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਂ ਸੀ ਭਾਈ ਜੱਸੂ ਜੀ, ਇੱਕ ਨੇ ਭਾਈ ਈਸ਼ਰਦਾਸ, ਜਿਨ੍ਹਾਂ ਦੇ ਪੁੱਤਰ ਭਾਈ ਗੁਰਦਾਸ ਜੀ ਹੋਏ ਨੇ, ਜਿਨ੍ਹਾਂ ਦੀਆਂ ਵਾਰਾਂ ਦੀ ਆਪਾਂ ਰੋਜ਼ ਕਥਾ ਗੁਰੂ ਕੇ ਵਜ਼ੀਰ ਸਿੱਖਾਂ ਕੋਲੋਂ, ਗੁਰੂ ਕੇ ਕਥਾ ਵਾਚਕ ਭਾਈ ਗੁਰਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਕੋਲ ਸਰਵਣ ਕਰਦੇ ਹਾਂ। ਪਰ ਮੇਰਾ ਅੱਜ ਦਾ ਵਿਸ਼ਾ ਹੈ ਉਸ ਮਹਾਨ ਦੇਵੀ ਬੀਬੀ ਅਮਰੋ ਜੀ ਨਾਲ। ਇਹ ਤੋਂ ਸਾਨੂੰ ਇਹ ਵੀ ਸਿੱਖਿਆ ਮਿਲੇਗੀ ਕਿ ਜਿਹੜੇ ਲੋਕ ਕਹਿੰਦੇ ਨੇ ਵੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਵੀਰੋ, ਮੇਰੀਓ ਭੈਣੋ, ਜਿਹੜੇ ਮਨ ਚਿੱਤ ਲਾ ਕੇ ਕੇਵਲ ਮਤਲਬ ਲਈ ਨਹੀਂ ਪੜ੍ਹਦੇ ਉਹ ਦੁਨੀਆਂ ਵਿੱਚ ਮਾਣ ਪਾਉਂਦੇ ਨੇ, ਤੇ ਜਿਹੜੇ ਹਰ ਕੰਮ ਮਤਲਬ ਲਈ ਕਰਦੇ ਨੇ ਉਹ ਤੇ ਕੇਵਲ ਵਪਾਰੀਆਂ ਵਾਲੀ ਗੱਲ ਰਹਿ ਜਾਂਦੀ ਹੈ ਉਹਨਾਂ ਦੀ। ਆਪਾਂ ਵੇਖਦੇ ਹਾਂ ਕਿ ਭਾਈ ਮਾਨਕ ਚੰਦ ਇਹਨਾਂ ਦੇ ਪੁੱਤਰ ਹੋਏ ਨੇ ਜਵਾਨ ਭਾਈ ਜੱਸੂ ਜੀ, ਤੇ ਇੱਧਰ ਮੇਰੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬੀਬੀ ਬੀਬੀ ਜਿਹੜੀ ਨੇਕ ਪੁੱਤਰੀ ਬੀਬੀ ਅਮਰੋ ਜੀ, ਇਹ ਵੀ ਜਵਾਨ ਹੋਏ ਨੇ, ਤੇ ਇਹ ਸ਼ਾਦੀ ਹੋਈ ਤਕਰੀਬਨ 1538 ਵਿੱਚ। ਇੱਧਰ ਇਸੇ ਪਰਿਵਾਰ ਵਿੱਚੋਂ ਬਾਬਾ ਅਮਰਦਾਸ ਜੀ, ਜਦੋਂ ਆਪਾਂ ਇਤਿਹਾਸ ਵੇਖਦੇ ਹਾਂ ਤੇ ਉਹਨਾਂ ਦੀ ਸ਼ਾਦੀ ਵੀ ਤਕਰੀਬਨ 28 ਸਾਲ ਤੋਂ ਬਾਅਦ ਹੋਈ ਸੀ ਬੀਬੀ ਮਨਸਾ ਦੇਵੀ ਜੀ ਨਾਲ। ਪਸਰੂਰ ਦੇ ਕੋਲ ਪਿੰਡ ਹੈ ਸਨਖਤਰਾ, ਇੱਥੇ ਇਹਦਾ ਕਾਰਨ ਇਹ ਵੀ ਸੀ ਕਿ ਬਾਬਾ ਅਮਰਦਾਸ ਜੀ ਦੇ ਸਿਰ ਤੇ ਬੜੀਆਂ ਜ਼ਿੰਮੇਵਾਰੀਆਂ ਸਨ, ਕਿਉਂਕਿ ਜਦੋਂ ਤੋਂ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਨੇ ਤੇ ਸਾਰਾ ਘਰ ਦਾ ਕਾਰੋਬਾਰ ਜਿਹੜੇ ਆ ਇਹ ਬਾਬਾ ਅਮਰਦਾਸ ਜੀ ਹੀ ਸਾਂਭ ਰਹੇ ਨੇ ਵੱਡੇ ਪੁੱਤਰ ਹੋਣ ਕਰਕੇ। 40 ਸਾਲ ਦੀ ਕਰੀਬ ਉਮਰ ਹੋਈ ਤੇ ਮਨ ਨੇ ਆਖਿਆ, ਮਨਾ ਕੋਈ ਰੱਬ ਦੀ ਭਗਤੀ ਕਰ ਲਾ, ਕੋਈ ਰੱਬ ਦੀ ਯਾਦ ਵਿੱਚ ਜੁੜ। ਪਰ ਕਈ ਵਾਰੀ ਅੱਜ ਵੀ ਆਪਾਂ ਵੇਖਦੇ ਹਾਂ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਜਿਹੋ ਜਿਹਾ ਮਨੁੱਖ ਦੇ ਕੋਲ ਗੁਆਂਢ ਹੁੰਦਾ, ਜਿਹੋ ਜਿਹਾ ਉਹਨੂੰ ਸਿੱਖਿਆ ਦੇਣ ਵਾਲਾ ਹੁੰਦਾ, ਕੁਦਰਤੀ ਗੱਲ ਹੈ ਕਿ ਉਹ ਉਸ ਪਾਸੇ ਨੂੰ ਮੁੜ ਪੈਂਦੇ ਨੇ। ਬਾਬਾ ਅਮਰਦਾਸ ਜੀ ਦਾ ਮੇਲ ਹੋਇਆ ਉਹ ਗੰਗਾ ਦੇ ਪੁਜਾਰੀਆਂ ਨਾਲ, ਤੇ ਬਾਬਾ ਅਮਰਦਾਸ ਜੀ 1521 ਤੋਂ ਲੈ ਕੇ 1541 ਤੱਕ, ਇਤਿਹਾਸ ਕਹਿੰਦਾ ਕਿ ਇਹ ਗੰਗਾ ਦੀ ਯਾਤਰਾ ਤੇ ਜਾਂਦੇ ਰਹੇ ਨੇ। ਪਰ ਕੁਝ ਇਤਿਹਾਸਕਾਰਾਂ ਦੀ ਰਾਏ ਆ ਕਿ ਨਹੀਂ, ਉਹ ਸਾਲ ਚ 2 ਵਾਰ ਜਾਇਆ ਕਰਦੇ ਸੀ। ਇਸ ਤਰ੍ਹਾਂ 20 ਸਾਲ ਬਣਾਏ ਨੇ ਕਈਆਂ ਨੇ। ਜੋ ਮੈਂ ਇਤਿਹਾਸ ਵਿੱਚ ਪੜ੍ਹਦਾ ਮੈਂ ਬੇਨਤੀ ਕਰ ਦਿੰਦਾ ਹਾਂ। ਹੁਣ ਕੀ ਹੋਇਆ, ਬੀਬੀ ਅਮਰੋ ਜੀ ਵਿਆਹੇ ਹੋਏ ਨੇ ਤੇ ਗਏ ਨੇ ਆਪਣੇ ਸਹੁਰੇ ਘਰ ਵਿੱਚ। ਹਾਂਜੀ ਆਓ, ਤੇ ਇਹਨਾਂ ਨੇ ਕੀ ਵੇਖਿਆ ਕਿ ਇਹਨਾਂ ਦਾ ਮੇਲ ਇੱਕ ਬ੍ਰਹਮਚਾਰੀ ਨਾਲ ਹੋਇਆ ਜਿਹੜਾ ਆ ਰਿਹਾ ਸੀ ਇਹਨਾਂ ਦੇ ਨਾਲ, ਤੇ ਬਾਬਾ ਅਮਰਦਾਸ ਜੀ ਬੜੇ ਪਿਆਰੇ ਨੇ, ਬੜਾ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ। ਇਹਨਾਂ ਦੇ ਨਾਲ ਇੱਕ ਪੰਡਿਤ ਹੈ ਜਿਹਦਾ ਨਾਂ ਹੈ ਬ੍ਰਹਮਚਾਰੀ, ਕਿਉਂਕਿ ਲੰਬੇ ਰਸਤੇ ਸੀ, ਹੁਣ ਵਾਂਗ ਕੋਈ ਜ਼ਿਆਦਾ ਹੈ ਨਹੀਂ ਸੀ ਵੀ ਕੋਈ ਸਾਧਨ ਹੋਵੇ, ਤੇ ਲੋਕ ਕਈ ਕਈ ਦਿਨ ਰਸਤੇ ਵਿੱਚ ਕੱਟਦੇ ਸਨ। ਕਈ ਵਾਰੀ ਤੇ ਇਸ ਤਰ੍ਹਾਂ ਸੁਣਿਆ ਵੀ ਜਿਹੜੇ ਹਰਿਦੁਆਰ ਆਪਣੇ ਬਜ਼ੁਰਗਾਂ ਦਾ, ਆਪਣੇ ਵੱਡੇ ਭਰਾ ਦਾ ਜਾਂ ਕਿਸੇ ਜੀ ਦਾ ਅੰਤਮ ਸਮਾਂ ਹੁੰਦਾ ਸੀ ਨਾ, ਉਹਦਾ ਸੰਸਕਾਰ ਕਰਕੇ ਤੇ ਜਿਹੜੇ ਫੁੱਲ ਜਿਹਨੂੰ ਦੂਜੇ ਲਫ਼ਜ਼ਾਂ ਚ ਆਪਾਂ ਕਹਿੰਦੇ ਹਾਂ ਅਸਥੀਆਂ, ਹੱਡੀਆਂ ਜਿਹੜੀਆਂ ਨੇ, ਉਹਨਾਂ ਨੂੰ ਲੈ ਕੇ ਜਾਂਦੇ ਸੀ, ਤੇ ਉਹ ਪਹਿਲਾਂ ਆਪਣੇ ਘਰਦਿਆਂ ਨੂੰ ਰੋ ਕੇ ਮਿਲ ਕੇ ਹੀ ਜਾਂਦੇ ਸੀ ਵੀ ਪਤਾ ਨੀ ਮੈਂ ਵੀ ਜਾਣਾ ਕਿ ਨਹੀਂ ਆਉਣਾ ਕਿ ਨਹੀਂ ਆਉਣਾ, ਇਸ ਤਰ੍ਹਾਂ ਦਾ ਸਮਾਂ ਹੁੰਦਾ ਸੀ। ਹੁਣ ਬ੍ਰਹਮਚਾਰੀ ਰਾਤ
ਬਾਬਾ ਅਮਰਦਾਸ ਜੀ ਕੋਲ ਰਹੇ ਨੇ। ਸਵੇਰੇ ਪ੍ਰਸ਼ਾਦਾ ਪਾਣੀ ਛਕਿਆ ਤੇ ਇਸ ਬ੍ਰਹਮਚਾਰੀ ਨੇ ਹੌਲੀ ਜੀ ਸਵਾਲ ਕਰ ਦਿੱਤਾ, ਬਾਬਾ ਜੀ ਬੜਾ ਵੱਡਾ ਘਰ ਆ ਤੁਹਾਡਾ, ਬੜੀ ਵਾਹਿਗੁਰੂ ਦੀ ਕਿਰਪਾ, ਬੜਾ ਧਨ ਦੌਲਤ ਤੁਸੀਂ ਜਾ ਕੇ ਦਾਨ ਕਰਦੇ ਜੇ, ਲੇਕਿਨ ਮੈਂ ਤੁਹਾਡੇ ਨਾਲ ਮਿਲਾਪ ਤੇ ਕੀਤਾ, ਲੇਕਿਨ ਮੈਂ ਅੱਜ ਤੱਕ ਤੁਹਾਨੂੰ ਇਹ ਨਹੀਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਆ, ਕਿਉਂਕਿ ਜੇ ਗੁਰੂ ਚੰਗਾ ਹੋਵੇ ਤੇ ਚੇਲਾ ਕੁਦਰਤੀ ਗੱਲ ਹੈ ਉਹਦੇ ਕੋਲ ਸਿੱਖਿਆ ਲੈਣ ਵਾਲਾ ਚੰਗਾ ਬਣ ਜਾਏਗਾ, ਲੇਕਿਨ ਜੇ ਗੁਰੂ ਇਹਨੂੰ ਹੀ ਸੋਝੀ ਨਾ ਹੋਵੇ ਤੇ ਉਹ ਸਿੱਖਿਆ ਦੇਵੇਗਾ ਕੀ। ਗੁਰੂ ਜਿੰਨਾ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ। ਜੇ ਗੁਰੂ ਹੀ ਇੰਨਾ ਹੈ ਤੇ ਯਾਦ ਰੱਖੋ, ਅੱਜ ਜਿੰਨਾ ਚਾ ਮਨੁੱਖ ਨੂੰ ਗੁਰੂ ਬਣਨ ਦਾ ਨਾ, ਉਹਨਾਂ ਚੇਲਾ ਬਣਨ ਦਾ ਨਹੀਂ। ਹਰ ਬੰਦਾ ਇਸ ਗੱਲ ਤੇ ਕਾਲਾ ਵੀ ਮੈਂ ਗੁਰੂ ਚਾਹੀਦਾ। ਗੁਰੂ ਬਣਨਾ ਕੋਈ ਪਾਪ ਨਹੀਂ ਹੈ, ਇੱਕ ਤਾਂ ਗੁਰੂ ਸਾਹਿਬਾਂ ਦੀ ਪਦਵੀ ਹੈ ਜਿਹੜੀ ਆਪਾਂ ਮੰਨਦੇ ਹਾਂ, ਇੱਕ ਹੁੰਦਾ ਉਸਤਾਦ ਜਿਹਨੂੰ ਆਪਾਂ ਗੁਰੂ ਕਹਿੰਦੇ ਹਾਂ। ਸੋ ਬਾਬਾ ਅਮਰਦਾਸ ਜੀ ਨੂੰ ਇਸ ਬ੍ਰਹਮਚਾਰੀ ਨੇ ਜਿਵੇਂ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡਾ ਗੁਰੂ ਕੌਣ ਆ, ਤੁਹਾਡਾ ਉਸਤਾਦ ਕੌਣ ਆ, ਉਸ ਵੇਲੇ ਦੇ ਵਾਕਿਆ ਨੂੰ ਕੋਈ ਸ਼ਰਜਥਾ ਇਉਂ ਬੇਨਤੀ ਕਰਦਾ। ਪੁੱਛੇ ਬ੍ਰਹਮਚਾਰੀ ਬੜੇ ਹੀ ਪਿਆਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ। ਇੱਕ ਤੁਹਾਨੂੰ ਗੱਲ ਪੁੱਛਣੀ ਹੈ ਕਾਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਪੁੱਛੇ ਬ੍ਰਹਮਚਾਰੀ ਬੜੇ ਹੀ ਪਿਆਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ, ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ। ਇੱਕ ਤੁਹਾਨੂੰ ਗੱਲ ਪੁੱਛਣੀ ਹੈ ਖਾਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਗੁਰੂ ਬਿਨਾ ਕਹਿੰਦੇ ਕਦੀ ਹੁੰਦੀ ਗੱਤ ਨਾ, ਗੁਰੂ ਬਿਨਾ ਕਹਿੰਦੇ ਕਦੇ ਹੁੰਦੀ ਗੱਤ ਨਹੀਂ, ਸ਼ਾਹ ਤੋਂ ਬਗੈਰ ਕੱਜੀ ਜਾਂਦੀ ਪੱਤ ਨਹੀਂ, ਸ਼ਾਹ ਤੋਂ ਬਗੈਰ ਕੱਜੀ ਜਾਂਦੀ ਪੱਤ ਨਹੀਂ। ਓ ਸੱਚੇ ਗੁਰੂ ਬਿਨਾ ਕੰਮ ਕਿੱਥੇ ਰਾਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਗੁਰੂ ਹੀ ਮਟਾਉਂਦਾ ਦਿਲ ਵਾਲੇ ਭਰਮ, ਗੁਰੂ ਬਿਨਾ ਜਾਗਦੇ ਨਹੀਂ ਸੁੱਤੇ ਕਰਮ, ਗੁਰੂ ਬਿਨਾ ਜਾਗਦੇ ਨਹੀਂ ਸੁੱਤੇ ਕਰਮ। ਚੰਗੇ ਗੁਰੂ ਤੇ ਹੁੰਦੀ ਚੰਗੀ ਆਸਰੀ, ਚੰਗੇ ਗੁਰੂ ਤੇ ਹੁੰਦੀ ਚੰਗੀ ਆਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਕਿਸ ਕੋਲੋਂ ਸਿੱਖੀ ਹੈ ਜੀਵਨ ਯੁਗਤੀ, ਯੁਗਤੀ ਬਗੈਰ ਕਿੱਥੇ ਮਿਲੇ ਮੁਕਤੀ, ਯੁਗਤੀ ਬਗੈਰ ਕਿੱਥੇ ਮਿਲੇ ਮੁਕਤੀ। ਓ ਗੁਰੂ ਬਿਨਾਂ ਦੁੱਖਾਂ ਦਾ ਨਾ ਹੋਵੇ ਨਾਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਭਾਵੇਂ ਗੰਗਾ ਕੀਤਾ ਕਿੰਨਾ ਇਸ਼ਨਾਨ ਹੈ, ਭਾਵੇਂ ਗੰਗਾ ਕੀਤਾ ਕਿੰਨਾ ਇਸ਼ਨਾਨ ਹੈ,
ਧਨ ਦੌਲਤਾਂ ਤੇ ਕੀਤਾ ਪੁੰਨ ਦਾਨ ਹੈ, ਧਨ ਦੌਲਤਾਂ ਤੇ ਕੀਤਾ ਪੁੰਨ ਦਾਨ ਹੈ। ਉਹ ਕਿਸੇ ਗੱਲ ਦਾ ਨਾ ਕਾਟਾ ਤੁਹਾਡੇ ਪਾਸ ਨੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਉਹ ਗੁਰੂ ਬਿਨਾ ਜਾਂਦਾ ਲੰਘੇ ਆ ਨਾ ਪਾਰ ਹੈ, ਗੁਰੂ ਬਿਨਾ ਦੁਨੀਆ ਹੋਈ ਖੁਬਾਰ ਹੈ, ਪੂਰੇ ਗੁਰੂ ਬਿਨਾ ਹੋਈ ਹੈ ਖੁਬਾਰ ਹੈ। ਹੀਰੇ ਨੂੰ ਤਰਾਸ਼ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਉਹ ਕਾਤੋਂ ਚੁੱਪ ਕੀਤੇ ਤੁਸੀਂ ਕਿਉਂ ਨੀ ਬੋਲਦੇ, ਦਿਲ ਵਾਲੀ ਕੁੰਡੀ ਤੁਸੀਂ ਕਿਉਂ ਨੀ ਖੋਲਦੇ, ਦਿਲ ਵਾਲੀ ਕੁੰਡੀ ਤੁਸੀਂ ਕਿਉਂ ਨੀ ਖੋਲਦੇ। ਆ ਬੰਦ ਕਾਤੋਂ ਕੀਤੇ ਬਚਨ ਬਲਾਸਰੀ, ਬੰਦ ਕਾਤੋਂ ਕੀਤੇ ਬਚਨ ਬਲਾਸਰੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਉਹ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਚਿਹਰਾ ਕਾਤੋਂ ਕੰਮ ਲਾ ਗਿਆ, ਤੁਹਾਡੇ ਚਿਹਰੇ ਉੱਤੇ ਕਿਉਂ ਸੰਨਾਟਾ ਛਾ ਗਿਆ, ਤੁਹਾਡੇ ਚਿਹਰੇ ਉੱਤੇ ਕਿਉਂ ਸੰਨਾਟਾ ਛਾ ਗਿਆ। ਓ ਜੋ ਜੋ ਤੁਹਾਨੂੰ ਪੁੱਛਾ ਹੁੰਦੇ ਜਾ ਨਾਰਾਜ਼ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਓ ਠੀਕ ਜਾਣੋ ਕਿਹਾ ਦਲ ਵੀਰ ਗਿੱਲ ਦਾ, ਚੰਗੇ ਭਾਗਾਂ ਨਾਲ ਚੰਗਾ ਗੁਰੂ ਮਿਲਦਾ, ਚੰਗੇ ਭਾਗਾਂ ਨਾਲ ਚੰਗਾ ਗੁਰੂ ਮਿਲਦਾ। ਗੁਰੂ ਹੈ ਅਮਰਦਾਸ ਜੀ, ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ। ਜਦੋਂ ਬ੍ਰਹਮਚਾਰੀ ਨੇ ਪੁੱਛਿਆ ਕਿ ਬਾਬਾ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਆ, ਤੇ ਜਦੋਂ ਇਹ ਗੱਲ ਸੁਣੀ ਬਾਬੇ ਅਮਰਦਾਸ ਜੀ ਨੇ ਕਿ ਮੇਰਾ ਤਾਂ ਗੁਰੂ ਹੀ ਕੋਈ ਨਹੀਂ, ਮੈਂ ਤਾਂ ਬੇਗੁਰਾਹ ਹਾਂ, ਤੇ ਇੱਕ ਵਾਰ ਮਨ ਨੂੰ ਠੋਕਰ ਵੱਜੀ ਉਹ ਮਨਾ, ਵਾਕਿਆ ਹੀ ਗੁਰੂ ਤੋਂ ਬਿਨਾਂ ਅਕਲ ਕਿੱਥੇ ਆਉਂਦੀ ਹੈ, ਉਸਤਾਦ ਤੋਂ ਬਿਨਾਂ ਕਿੱਥੇ ਸਿੱਖਿਆ ਜਾਂਦਾ। ਕਈ ਵਾਰ ਵੇਖੋ ਸਾਡੇ ਘਰਾਂ ਚ ਬੜੇ ਆਪਾਂ ਪੜ੍ਹੇ ਲਿਖੇ ਵੀ ਹੁੰਦੇ ਪਰਿਵਾਰ, ਲੇਕਿਨ ਉਹ ਫਿਰ ਵੀ ਆਪਣੇ ਬੱਚੇ ਨੂੰ ਕਿਉਂ ਸਕੂਲ ਚ ਪਾਉਂਦੇ ਨੇ, ਫਿਰ ਵੀ ਉਹ ਆਪਣੇ ਬੱਚੇ ਨੂੰ ਚੰਗੀ ਵਿਦਿਆ ਦੇਣ ਲਈ ਉਹ ਚੰਗੇ ਥਾਂ ਭੇਜਦੇ ਨੇ, ਕਿਉਂਕਿ ਜਿੱਥੇ ਚੰਗੇ ਤਰੀਕੇ ਨਾਲ ਰੋਜ਼ ਨਾ ਸਿਖਾਇਆ ਜਾਵੇ ਉੱਥੇ ਮਨੁੱਖ ਸਿੱਖ ਨਹੀਂ ਸਕਦਾ। ਤੁਸੀਂ ਕਈ ਵਾਰ ਢਾਡੀ ਕਵੀਸ਼ਰ ਕਥਾਵਾਚਕ ਹੋਰ ਵੀ ਵੇਖੇ ਹੋਣਗੇ, ਜਿਹੜਾ ਬੰਦਾ ਕਿਤੇ ਉਹ ਸਿੱਖਿਆ ਨਾ, ਉਹਦੇ ਕਹਿਣ ਵਿੱਚ ਤੇ ਜਿਹੜਾ ਆਪਣੇ ਆਪ ਹੀ ਤੁਰ ਪਿਆ ਕਿਤੇ ਪੁੱਛਿਆ ਹੀ ਨਹੀਂ, ਉਹਦੇ ਕਹਿਣ ਵਿੱਚ ਕੁਦਰਤੀ ਫਰਕ ਹੁੰਦਾ, ਚਾਹੇ ਉਹਨੂੰ ਨਾ ਪਤਾ ਹੋਵੇ। ਹਾਲੇ ਕਿ ਮੈਂ ਜੋ ਜ਼ਿੰਦਗੀ ਚ ਵੇਖਿਆ, ਜਦੋਂ ਮਨੁੱਖ ਨੂੰ ਕੁਛ ਨਹੀਂ ਨਾ ਆਉਂਦਾ ਹੁੰਦਾ, ਉਦੋਂ ਉਹ ਆਪਣੇ ਆਪ ਨੂੰ ਬਹੁਤ ਮਹਾਨ ਸਮਝ ਰਿਹਾ ਹੁੰਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ। ਮੈਂ ਆਪਣੇ ਜੀਵਨ ਚ ਵੇਖਿਆ, ਜਦੋਂ ਅਸੀਂ ਹਲੇ ਨਵੇਂ ਨਵੇਂ ਤੁਰੇ ਸਾਂ ਤੇ ਅਸੀਂ ਚਾਰ ਗੱਲਾਂ ਜਿਹੜੀਆਂ ਸੁਣੀਆਂ ਯਾਦ ਕੀਤੀਆਂ ਸੀ ਨਾ,
ਅਸੀਂ ਸੋਚਦੇ ਹੁੰਦੇ ਸਾਂ ਵੀ ਸਾਡੇ ਵਰਗਾ ਤੇ ਸਿਆਣਾ ਇਤਿਹਾਸਕਾਰ ਹੀ ਕੋਈ ਨਹੀਂ, ਲੇਕਿਨ ਜਦੋਂ ਪੜ੍ਹਨਾ ਸ਼ੁਰੂ ਕੀਤਾ ਨਾ ਫੇਰ ਪਤਾ ਲੱਗਾ, ਮਨ ਨੇ ਆਖਿਆ ਹੋਏ ਮਨਾ ਉਹ ਤੈਨੂੰ ਤੇ ਪਤਾ ਹੀ ਕੱਖ ਨਹੀਂ ਸੀ। ਤੇ ਫੇਰ ਜਿਉਂ ਜਿਉਂ ਪੜ੍ਹਦਾ ਮਨੁੱਖ ਨੂੰ ਜ਼ਿੰਦਗੀ ਵਿੱਚ ਸੋਝੀ ਆਉਂਦੀ ਆ ਵੀ ਮੈਨੂੰ ਕੁਛ ਨਹੀਂ ਪਤਾ। ਸੋ ਗੁਰੂ ਐਸੀ ਚੀਜ਼ ਆ, ਉਸਤਾਦ ਐਸੀ ਚੀਜ਼ ਆ ਜਿਹੜਾ ਮਨੁੱਖ ਨੂੰ ਭੁੱਲੇ ਰਾਏ ਛੱਡ ਕੇ ਗਲਤ ਰਾਹ ਤੋਂ ਚੰਗੇ ਰਾਹ ਤੱਕ ਮੋੜ ਦਿੰਦਾ। ਆ ਤੁਸੀਂ ਹੋਰ ਵੀ ਕਦੇ ਵੇਖਿਓ, ਜਿਹੜੇ ਗੁਰੂ ਕੇ ਸਿੱਖ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਕਿਤੇ ਚੰਗੇ ਉਸਤਾਦ ਕੋਲੋਂ ਸਿੱਖੇ ਨੇ ਨਾ ਚੰਗੇ ਥਾਂ, ਉਹਨਾਂ ਦੇ ਕਹਿਣ ਵਿੱਚ ਤੇ ਆਮ ਬੰਦੇ ਦੇ ਕਹਿਣ ਵਿੱਚ ਬੜਾ ਫਰਕ ਆ। ਲੇਕਿਨ ਕੀਤਾ ਕੀ ਜਾਏ, ਜਦੋਂ ਤੱਕ ਕੋਈ ਦੱਸੇਗਾ ਹੀ ਨਾ ਵੀ ਗਲਤੀਆਂ ਕਿੱਥੇ ਨੇ ਤੇ ਗਲਤੀ ਦੀ ਸਮਝ ਆਵੇਗੀ ਕਿੱਦਾਂ। ਲੇਕਿਨ ਚਾਰ ਕੁ ਬੰਦੇ ਕਹਿਣ ਵਾਲੇ ਚਾਹੀਦੇ, ਵਾਹ ਵਾਹ ਤੇਰੀ ਆਵਾਜ਼ ਬੜੀ ਆ, ਤੂੰ ਬੜਾ ਕਵੀਸ਼ਰ ਹੈ, ਤੂੰ ਬੜਾ ਖੰਡ ਪਾਠੀ ਹੈ। ਤੇ ਉਹ ਸੋਚਦਾ ਵਾਕਿਆ ਮੈਂ ਬੜਾ ਮਹਾਨ ਹਾਂ। ਲੇਕਿਨ ਜਦੋਂ ਮਨੁੱਖ ਸਿੱਖਦਾ ਹੈ ਫੇਰ ਉਹਦਾ ਜੀਵਨ ਤਬਦੀਲ ਹੋ ਜਾਂਦਾ। ਜਦੋਂ ਬਾਬੇ ਅਮਰਦਾਸ ਜੀ ਨੂੰ ਇਹ ਗੱਲ ਆਖੀ ਕਿ ਬਾਬਾ ਜੀ ਤੁਹਾਡਾ ਗੁਰੂ ਕੌਣ ਆ, ਤੇ ਬਾਬਾ ਅਮਰਦਾਸ ਜੀ ਦਾ ਚਿਹਰਾ ਕੁਮਲਾ ਗਿਆ, ਜ਼ਬਾਨ ਬੰਦ ਹੋ ਗਈ। ਫਿਰ ਬ੍ਰਹਮਚਾਰੀ ਨੇ ਬੜਾ ਜ਼ੋਰ ਦੇ ਕੇ ਪੁੱਛਿਆ, ਬਾਬਾ ਜੀ ਮੈਂ ਤੁਹਾਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਆ, ਤੇ ਤੁਸੀਂ ਬਸ ਬੋਲਣਾ ਬੰਦ ਹੋ ਗਏ, ਕੌਣ ਆ ਤੁਹਾਡਾ ਗੁਰੂ ਦੱਸੋ। ਤੇ ਬਾਬੇ ਅਮਰਦਾਸ ਜੀ ਨੇ ਆਖਿਆ, ਬ੍ਰਹਮਚਾਰੀ ਜੀ ਮੇਰਾ ਗੁਰੂ ਹਾਲੇ ਕੋਈ ਵੀ ਨਹੀਂ। ਤੇ ਬਸ ਇੱਕ ਗੱਲ ਯਾਦ ਰੱਖੋ, ਪੰਡਿਤ ਚ ਔਰ ਸਿੱਖ ਚ ਥੋੜਾ ਫਰਕ ਆ ਸੋਚ ਦਾ। ਇਹ ਨਹੀਂ ਮੈਂ ਕਹਿੰਦਾ ਪੰਡਿਤ ਚੰਗਾ ਵੀ ਹੋ ਸਕਦਾ, ਸਿੱਖ ਵੀ ਚੰਗਾ ਹੋ ਸਕਦਾ, ਸਿੱਖ ਵੀ ਕਮਲਾ ਹੋ ਸਕਦਾ, ਪੰਡਿਤ ਵੀ ਕਮਲਾ ਹੋ ਸਕਦਾ, ਇਹ ਨਹੀਂ ਕੋਈ ਵੰਡੀ ਹੋਈ ਗੱਲ। ਲੇਕਿਨ ਸਿੱਖ ਨੂੰ ਸਿਧਾਂਤ ਸਮਝਾਇਆ ਜਾਂਦਾ ਵੀ ਸਿੱਖਾ ਜੇ ਮੰਨ ਲਾ ਕੋਈ ਕਮਜ਼ੋਰ ਆ ਤੇ ਤੂੰ ਇਹ ਨਹੀਂ ਵੀ ਉਹਦਾ ਸਾਥ ਛੱਡ ਦੇ। ਸਿੱਖ ਨੂੰ ਸਮਝਾਇਆ ਜਾਂਦਾ ਕਿ ਉਹਦੀ ਉਂਗਲੀ ਫੜ ਕੇ ਤੇ ਉਹਨੂੰ ਨਾਲ ਤੋਰ, ਭਈ ਆ ਮੈਂ ਤੇਰੇ ਨਾਲ ਪਿੱਟਿਆ ਨਹੀਂ ਗਿਆ, ਆ ਕੋਈ ਗੱਲ ਨਹੀਂ, ਮੇਰੇ ਗੁਰੂ ਦਾ ਗਿਆਨ ਇੰਨਾ ਮਹਾਨ ਆ, ਜਿਹੜਾ ਆਪ ਹੀ ਪਿੱਟਿਆ ਜਾਂਦਾ ਛੇਤੀ ਨਾਲ ਉਹ ਕਿਸੇ ਨੂੰ ਕਿੱਦਾਂ ਪਵਿੱਤਰ ਕਰ ਦੇਗਾ। ਲੋੜ ਹੈ ਕਿ ਆਪਣੇ ਗੁਰੂ ਦੀ ਗੱਲ ਨੂੰ ਸਮਝੀਏ। ਸੋ ਪੰਡਿਤ ਨੇ ਆਖਿਆ ਹਰੇ ਰਾਮ ਮੈਂ ਤਾਂ ਨਗੁਰੇ ਦਾ ਸੰਗ ਕੀਤਾ, ਮੇਰਾ ਤੇ ਜੀਵਨ ਭ੍ਰਿਸ਼ਟ ਹੋ ਗਿਆ। ਲੇਕਿਨ ਇੱਧਰ ਜਾਗਰਤੀ ਆ ਗਈ, ਬਾਬਾ ਅਮਰਦਾਸ ਜੀ ਨੇ ਸੋਚਿਆ ਮਨਾ ਵਾਕਿਆ ਹੀ ਤੇਰਾ ਗੁਰੂ ਕੋਈ ਨਹੀਂ। ਜਦੋਂ ਇਨਸਾਨ ਨੂੰ ਠੋਕਰ ਵੱਜਦੀ ਹੈ ਨਾ ਤੇ ਫੇਰ ਮਨੁੱਖ ਸੁਪਨਿਆਂ ਵਿੱਚੋਂ ਬਾਹਰ ਨਿਕਲਦਾ। ਸੁਪਨੇ ਚ ਬੜਾ ਕੁਝ ਅਸੀਂ ਵੇਖ ਰਹੇ ਹਾਂ, ਜਿਹੜੇ ਸੁਪਨੇ ਚ ਮਹਾਰਾਜ ਸਾਨੂੰ ਕਹਿ ਵੀ ਗਏ ਨੇ, ਕਿਉਂਕਿ ਅੱਜ ਸੁਪਨਿਆਂ ਵਿੱਚ ਅਸੀਂ ਵੇਖ ਰਹੇ ਹਾਂ, ਅਸੀਂ ਤਸਵੀਰਾਂ ਬਣਾਤੀਆਂ। ਸੁਪਨਾ ਆਇਆ ਜੀ ਏਦਾਂ ਦਾ ਬਾਬਾ ਨਾਨਕ ਸੀ, ਸੁਪਨਾ ਆਇਆ ਤੇ ਮੈਂ ਤੇ ਫਲਾਣੇ ਥਾਂ ਚਲੇ ਗਿਆ, ਤੇ ਫਿਰ ਉਹੀ ਸੁਪਨਿਆਂ ਦੇ ਆਧਾਰ ਤੇ ਅਸੀਂ ਲੋਕਾਂ ਨੂੰ ਚਲਾਉਣਾ ਚਾਹੁੰਦੇ ਹਾਂ। ਤੇ ਜੇ ਸਤਿਗੁਰੂ ਜੀ ਨੂੰ ਪੁੱਛੀਏ ਕਿ ਮਹਾਰਾਜ ਤੁਸੀਂ ਸੁਪਨਿਆਂ ਬਾਰੇ ਕੀ ਕਹਿੰਦੇ ਜੇ, ਤੇ ਹਜ਼ੂਰ ਕਹਿੰਦੇ ਨੇ ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਮੂਰਖਾਂ ਦਾ ਕੰਮ ਆ ਸੁਪਨਿਆਂ ਉੱਤੇ ਵਿਸ਼ਵਾਸ ਕਰਨਾ। ਹੁਣ ਬਾਬਾ ਅਮਰਦਾਸ ਜੀ ਅੰਦਰ ਜਾਗਰਤੀ ਆ ਗਈ, ਭਾਵੇਂ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਜੇ, ਆ ਵੇਖੋ ਜਿਨ ਇੰਜਣ ਵੀ ਬਣਾਇਆ ਨਾ ਪਹਿਲੀ ਵਾਰ ਉਹਨੇ ਵੀ ਕੀ ਕੀਤਾ, ਉਹਨੇ ਵੇਖਿਆ ਵੀ ਇੱਕ ਪਾਣੀ ਗਰਮ ਹੋ ਰਿਹਾ ਸੀ ਉਹਦੇ ਉੱਤੇ ਢੱਕਣ ਦਿੱਤਾ, ਉਹ ਢੱਕਣ ਉੱਪਰ ਉਛਲੇ ਤੇ ਉਹਨੇ ਉਹਦੇ ਉੱਤੇ ਚੁੱਕ ਕੇ ਤੇ ਵੱਟਾ ਰੱਖ ਦਿੱਤਾ, ਇੱਟ ਰੱਖ ਦਿੱਤੀ। ਉਹਨੇ ਵੇਖਿਆ ਵੀ ਇਸ ਪਾਣੀ ਨੇ ਤੇ ਭਾਫ ਨੇ ਇੱਟ ਨੂੰ ਵੀ ਚੁੱਕ ਦਿੱਤਾ, ਤੇ ਉਹਨੇ ਸੋਚਿਆ ਮਨਾ ਇਸ ਪਾਣੀ ਤੋਂ ਕੰਮ ਲਿਆ ਜਾ ਸਕਦਾ, ਭਾਫ ਤੋਂ ਉਹਨੇ ਜਿਹੜਾ ਕੋਲੇ ਵਾਲਾ ਇੰਜਣ ਬਣਾ ਦਿੱਤਾ। ਅਜੇ ਇਸ ਮਨੁੱਖ ਨੇ ਬਿਜਲੀ ਦੀ
ਕੱਢ ਕੱਢੀ ਉਪਾ ਤੰਗ ਉਡਾ ਰਿਹਾ ਸੀ। ਕੀ ਵੇਖਿਆ ਉਹਨੇ? ਬੱਦਲ ਸੀ, ਵਰਖਾ ਥੋੜੀ ਥੋੜੀ ਹੋ ਰਹੀ ਸੀ, ਬਿਜਲੀ ਪਈ ਤੇ ਉਹਨੂੰ ਇੰਨਾ ਝਟਕਾ ਲੱਗਾ ਉਸ ਡੋਰ ਦੇ ਨਾਲ ਤੇ ਉਹਨੇ ਸੋਚਿਆ ਮਨਾ ਕਿਉਂ ਨਾ ਇਹਦੇ ਕੋਲ ਕੰਮ ਲਿਆ ਜਾਵੇ ਜਿਹੜੀ ਇਸ ਤਰ੍ਹਾਂ ਚੱਲ ਸਕਦੀ ਹੈ ਇੱਕ ਤਾਰ ਰਾਹੀਂ, ਤੇ ਨਹੀਂ ਤੇ ਅਸੀਂ ਵੀ ਪਤੰਗਾਂ ਉਡਾਉਂਦੇ ਹਾਂ, ਅਸੀਂ ਵੀ ਪਾਣੀ ਗਰਮ ਕਰਦੇ ਹਾਂ। ਜਦੋਂ ਤੱਕ ਮਨੁੱਖ ਉਹਨੂੰ ਚੰਗੀ ਲਗਨ ਨਾਲ ਨਹੀਂ ਸੋਚਦਾ ਨਾ, ਉਦੋਂ ਤੱਕ ਗੱਲ ਨਹੀਂ ਬਣੇਗੀ। ਹੁਣ ਬਾਬਾ ਅਮਰਦਾਸ ਜੀ ਦੇ ਦਿਲ ਵਿੱਚ ਇੱਕ ਤੜਪ ਜਾਗ ਪਈ ਤੇ ਚੰਗੇ ਭਾਗਾਂ ਨਾਲ ਇਸ ਘਰ ਵਿੱਚ ਉਹ ਨੌਂ ਰਾਣੀ, ਉਹ ਧੀ ਰਾਣੀ ਬੀਬੀ ਅਮਰੋ ਜੀ ਜਿਹੜੇ ਆਏ ਨੇ। ਸੋ ਇਹ ਬੀਬੀ ਅਮਰੋ ਜੀ ਕਿਉਂਕਿ ਗੁਰੂ ਦੇ ਦਰਬਾਰ ਚੋਂ ਸਿੱਖੇ ਹੀ ਇਹੋ ਕੁਛ ਨੇ, ਸਵੇਰੇ ਉੱਠਣਾ ਤੇ ਇਸ਼ਨਾਨ ਕਰਨਾ, ਬੌਕਰ ਬਹਾਰੀ ਕਰਕੇ ਤੇ ਫੇਰ ਘਰਾਂ ਦੇ ਕੰਮ ਇੰਨੇ ਸੀ ਕਿ ਸਾਡੀਆਂ ਬੀਬੀਆਂ ਭੈਣਾਂ ਆ ਜਿਹੜਾ ਸਿਸਟਮ ਬਣਾਇਆ ਸੀ ਭਈ ਔਰਤ ਘਰ ਦਾ ਕਰਮ ਕਰੇ, ਕੰਮ ਕਰੇ, ਕਾਜ ਕਰੇ, ਬੱਚਿਆਂ ਨੂੰ ਸਾਂਭ ਸੰਭਾਲ ਕਰੇ, ਪ੍ਰਸ਼ਾਦਾ ਪਾਣੀ ਬਣਾਵੇ, ਇਹ ਉਸ ਵੇਲੇ ਮਨੁੱਖ ਦੇ ਬਰਾਬਰ ਦਾ ਕੰਮ ਸੀ। ਤੇ ਕਈਆਂ ਨੇ ਸੋਚ ਲਿਆ ਵੀ ਸ਼ਾਇਦ ਬੀਬੀ ਘਰੇ ਵਿਹਲੀ ਰਹਿੰਦੀ ਹੈ। ਨਹੀਂ, ਜਿਨ੍ਹਾਂ ਨੇ ਕੀਤਾ ਨਾ ਕੰਮ ਉਹਨਾਂ ਨੂੰ ਪੁੱਛ ਕੇ ਵੇਖੋ। ਹੁਣ ਸਤਿਕਾਰਯੋਗ ਬੀਬੀ ਅਮਰੋ ਜੀ ਉੱਠੇ ਨੇ ਸਵੇਰੇ ਸਵੇਰੇ ਤੇ ਇਹਨਾਂ ਨੇ ਉੱਠ ਕੇ ਇਸ਼ਨਾਨ ਕੀਤਾ, ਬਹਾਰੀ ਦਿੱਤੀ, ਘਰ ਵਿੱਚ ਬੌਕਰ ਕੀਤੀ ਤੇ ਹੁਣ ਚਾਟੀ ਦੇ ਵਿੱਚ ਉਹ ਦਹੀਂ ਨੂੰ ਪਾ ਲਿਆ ਤੇ ਰਿੜਕਣਾ ਪਾ ਲਿਆ ਤੇ ਨਾਲ ਸ੍ਰੀ ਜਪਜੀ ਸਾਹਿਬ ਦਾ ਜਾਪ ਜਪ ਰਹੇ ਨੇ, ਬਾਣੀ ਪੜ ਰਹੇ ਨੇ। ਸ੍ਰੀ ਆਸਾ ਜੀ ਦੀ ਵਾਰ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਨਾਲ ਨਾਲ ਜਪ ਰਹੇ ਨੇ। ਜਿਹੜੀ ਭੈਣ ਅੱਜ ਵੀ ਸਵੇਰੇ ਉੱਠ ਕੇ ਚਾਹ ਪਾਣੀ ਬਣਾਉਂਦਿਆਂ, ਪ੍ਰਸ਼ਾਦੇ ਬਣਾਉਂਦਿਆਂ, ਜਿਹੜੀ ਨਾਲ ਵਾਹਿਗੁਰੂ ਦਾ ਜਾਪ ਕਰਦੀ ਹੈ, ਨਾਮ ਜਪਦੀ ਆ, ਉਸ ਘਰ ਵਿੱਚ ਸਦਾ ਹੀ ਨੌ ਨਿੱਧਾਂ ਰਹਿੰਦੀਆਂ ਨੇ, ਉਸ ਘਰ ਵਿੱਚ ਬਰਕਤਾਂ ਰਹਿੰਦੀਆਂ ਨੇ। ਤੱਕੋ ਜੀ ਬੀਬੀ ਅਮਰੋ ਜੀ ਇੱਕ ਓਂਕਾਰ ਦਾ ਨਾਂ ਲੈ ਕੇ ਵਾਹਿਗੁਰੂ ਆਖ ਕੇ ਕਿਵੇਂ ਆਪਣੇ ਨਿੱਜੀ ਕੰਮਾਂ ਵਿੱਚ ਜੁੜੇ ਨੇ। ਆਓ ਕਵੀਸ਼ਰ ਜੱਥਾ ਦਾਸ ਭਾਈ ਦਲਵੀਰ ਸਿੰਘ ਮਹਿਮਾ ਚੱਕ ਯੂਕੇ ਵਾਲੇ, ਭਾਈ ਭਗਵੰਤ ਸਿੰਘ ਜੀ ਸੂਰਵਿੰਡ ਵਾਲੇ, ਭਾਈ ਬਲਜੀਤ ਸਿੰਘ ਜੀ ਬਗੀਚਾ ਸੁਰ ਸਿੰਘ ਵਾਲੇ, ਭਾਈ ਗੁਰਚੇਤ ਸਿੰਘ ਜੀ ਗਿੱਲ ਦੁੱਬੜੀ ਵਾਲੇ ਇਉਂ ਬਿਆਨ ਕਰਨ ਲੱਗੇ ਨੇ। ਖੰਗ ਨੂੰ ਮਲੱਠੀ ਤੇ ਜਵੈਨ ਕਰੇ ਹਾਜ਼ਮਾ, ਸੌਂਦ ਗੰਦੇ ਮਹਿਲੇ ਤੇ ਕਨੈਣ ਮਾਰੇ ਤਾਪ ਨੂੰ। ਖੰਗ ਨੂੰ ਮਲੱਠੀ ਤੇ ਜਵੈਨ ਕਰੇ ਹਾਜ਼ਮਾ, ਸੌਂਦ ਗੰਦੇ ਮਹਿਲੇ ਤੇ ਕਨੈਣ ਮਾਰੇ ਤਾਪ ਨੂੰ। ਘੋੜਿਆਂ ਨੂੰ ਸੂਲੀ ਅਤੇ ਮਲਮ ਮਾਰੇ ਫੋੜਿਆਂ ਨੂੰ, ਬੱਕਰੀ ਨੂੰ ਝੜੀ ਤੇ ਕਲਹਿਰੀ ਮੋਰ ਸਾਪ ਨੂੰ। ਬਲੀ ਜੋ ਦੇ ਸੂਰਮੇ ਦਗੇ ਦੇ ਨਾਲ ਮਾਰੇ ਕਈ, ਬਾਲੀ ਮਾਰਿਆ ਰਾਮ ਨੇ ਕ੍ਰਿਸ਼ਨ ਸਰਕਾਪ ਨੂੰ। ਝੂਠ ਮਾਰੇ ਆਪ ਨੂੰ, ਟੌਰ ਮਾਰੇ ਦੂਜਿਆਂ ਨੂੰ, ਵੀਰ ਬੱਲਾ ਮਾਰਦਾ ਖੁਦਾ ਦਾ ਨਾਂ ਪਾਪ ਨੂੰ। ਇੱਕ ਓਂਕਾਰ ਸਤਨਾਮ ਕਹਿ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ, ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ। ਓ ਸਤਨਾਮ, ਸਤਨਾਮ ਮੁਖੋਂ ਗਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਇੱਕ ਓਂਕਾਰ ਸਤਨਾਮ ਕਹਿ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ, ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ। ਸਤਨਾਮ, ਸਤਨਾਮ ਮੁਖੋਂ ਗਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਫੇਰ ਵਿਹੜੇ ਵਿੱਚ ਫੇਰ ਕੇ ਬਹਾਰੀਆ, ਵਿਹੜੇ ਚੋਂ ਦਲਿੱਦਰੀ ਪੁਜਾਤੀ ਸਾਰੀਆ, ਵਿਹੜੇ ਚ ਦਲਿੱਦਰੀ ਪੁਜਾਤੀ ਸਾਰੀਆ। ਨਾਲੇ
ਕੰਮ ਕਾਜ ਕਰ ਦੇ ਮਕਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਹਰ ਕੇ ਤੇ ਪਾਣੀ ਕੀਤਾ ਇਸ਼ਨਾਨ ਹੈ, ਫਿਰ ਰੱਬ ਨਾਲ ਜੋੜਿਆ ਧਿਆਨ ਹੈ, ਫਿਰ ਰੱਬ ਨਾਲ ਜੋੜਿਆ ਧਿਆਨ ਹੈ। ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਓ ਚਾਟੀ ਵਿੱਚ ਫੇਰ ਰੱਖ ਲਈ ਮਧਾਣੀ ਹੈ, ਸ਼ੁਰੂ ਕੀਤੀ ਫੇਰ ਜਪ ਜੀ ਦੀ ਬਾਣੀ ਹੈ, ਸ਼ੁਰੂ ਕੀਤੀ ਫੇਰ ਜਪ ਜੀ ਦੀ ਬਾਣੀ ਹੈ। ਓ ਜਿਹੜੀ ਬਾਣੀ ਤੁਮਾਂ ਨੂੰ ਠੰਡ ਪਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਓ ਚੰਗਾ ਰੂਪ ਹੁੰਦਾ ਚੰਗਾ ਰੂਪ ਹੁੰਦਾ ਬੰਦਾ ਇਨਸਾਨ ਦਾ, ਚੰਗਾ ਰੂਪ ਹੁੰਦਾ ਚੰਗਾ ਇਨਸਾਨ ਜੀ, ਚੰਗੇ ਗੁਣ ਵਾਲਾ ਬੰਦਾ ਹੈ ਮਹਾਨ ਜੀ, ਚੰਗੇ ਗੁਣ ਵਾਲਾ ਬੰਦਾ ਹੀ ਮਹਾਨ ਜੀ। ਮਿੱਠਾ ਜਿਹਾ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਓ ਰੱਬ ਰੂਪ ਹੁੰਦਾ ਚੰਗਾ ਇਨਸਾਨ ਜੀ, ਚੰਗੇ ਗੁਣਾਂ ਵਾਲਾ ਬੰਦਾ ਹੀ ਮਹਾਨ ਜੀ, ਚੰਗੇ ਗੁਣਾਂ ਵਾਲਾ ਬੰਦਾ ਹੀ ਮਹਾਨ ਜੀ। ਓ ਮਿੱਠਾ ਜਿਹਾ ਬੋਲੇ ਮਿੱਠਾ ਜਿਹਾ ਬੁਲਾਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਜਿੱਥੇ ਨਾਮ ਬਾਣੀ ਵਾਲਾ ਪ੍ਰਤਾਪ ਜੀ, ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ, ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ। ਇਹੋ ਗੱਲ ਬਾਣੀ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਆਸਾ ਪੂਰੀ ਕਰੇ ਆਸਾ ਜੀ ਦੀ ਵਾਰ ਜੀ, ਆਸਾ ਪੂਰੀ ਕਰੇ ਆਸਾ ਜੀ ਦੀ ਵਾਰ ਜੀ, ਜਿਹੜੀ ਵਹਿਮਾ ਫਰਮਾ ਚੋਂ ਕੱਢੇ ਬਾਰ ਜੀ, ਜਿਹੜੀ ਵਹਿਮਾ ਫਰਮਾ ਚੋਂ ਕੱਢੇ ਬਾਰ ਜੀ। ਓ ਸੱਤ ਵਾਲਾ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਜਿੰਨਾ ਘਰਾਂ ਵਿੱਚ ਰੱਬ ਦੇ ਪਿਆਰੇ ਨੇ, ਉਹਨਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ,
ਉਹਨਾਂ ਘਰਾਂ ਵਿੱਚ ਉਹ ਵੱਖਰੇ ਨਜ਼ਾਰੇ ਨੇ। ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ। ਵੇਖੋ ਜਿਹੜੇ ਘਰਾਂ ਵਿੱਚ ਗੁਰੂ ਦੀ ਬਾਣੀ ਪੜੀ ਜਾਏਗੀ ਉੱਥੇ ਗੁਰੂ ਕੇ ਬੱਚੇ ਸਿੱਖ ਬਣਨਗੇ, ਤੇ ਜਿੱਥੇ ਗੰਦੇ ਗੀਤ ਵੱਜਣੇ ਆ ਤੇ ਉੱਥੇ ਤੇ ਫਿਰ ਉਸ ਪਾਸੇ ਹੀ ਜਾਣਾ ਨਾ। ਸੋ ਕਰਮਾਂ ਵਾਲੀਓ ਧੀਓ ਭੈਣੋ, ਅੱਜ ਦੇ ਯੁੱਗ ਵਿੱਚ ਆਪਾਂ ਵੇਖਦੇ ਹਾਂ ਬਹੁਤ ਸਾਰੇ ਤਰੀਕੇ ਬਣ ਗਏ ਨੇ, ਟੈਲੀਫੋਨ ਵਿੱਚ, ਟੇਪ ਰਿਕਾਰਡਾਂ ਵਿੱਚ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਗੁਰਬਾਣੀ ਦਾ ਉਚਾਰਨ ਹੁੰਦਾ ਹੈ। ਸਾਡਾ ਧਰਮ ਬਣਦਾ ਹੈ ਅਸੀਂ ਆਪਣੇ ਘਰ ਨੂੰ ਚੰਗਾ ਬਣਾਉਣ ਲਈ ਚੰਗਾ ਕੁਝ ਸੁਣੀਏ, ਚੰਗਾ ਸਾਹਿਤ ਪੜ੍ਹੀਏ ਤਾਂ ਕਿ ਸਾਡਾ ਪਰਿਵਾਰ, ਸਾਡਾ ਆਂਢ ਗੁਆਂਢ ਸੁਧਰ ਜਾਏ। ਸੋ ਗੁਰੂ ਕੇ ਪਿਆਰਿਓ, ਇਹ ਸੀ ਇੱਕ ਉਸ ਭੈਣ ਦੀ ਮਿੱਠਤ, ਉਹ ਗੁਰੂ ਦਾ ਜਿਨ ਪੱਲਾ ਫੜਿਆ ਸੀ, ਗੁਰੂ ਦੇ ਨਾਮ ਨਾਲ ਜੁੜੀ ਸੀ। ਫਿਰ ਕੀ ਹੋਇਆ, ਕਿਸ ਤਰ੍ਹਾਂ ਉਹਨੇ ਬਾਬਾ ਅਮਰਦਾਸ ਜੀ ਨੂੰ ਗੁਰੂ ਘਰ ਤੱਕ ਲੈ ਜਾਂਦਾ। ਕੱਲ ਨੂੰ ਫਿਰ ਬੇਨਤੀਆਂ ਕਰਾਂਗੇ ਜੀ। ਸੋ ਆਓ ਗੁਰੂ ਕੇ ਪਿਆਰਿਓ, ਅਗਲਾ ਪ੍ਰੋਗਰਾਮ ਸਰਵਣ ਕਰੋ ਸਾਡੇ ਤਲਵੰਡੀ ਸਾਹਿਬ ਆਣ ਕੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠ ਗਏ ਨੇ ਜੁੜ ਕੇ, ਤੁਸੀਂ ਵੀ ਸਰਵਣ ਕਰਨਾ ਜੀ। ਸੋ ਆਓ, ਸਾਡੇ ਕੋਲੋਂ ਹੋਈਆਂ ਭੁੱਲਾਂ ਦੀ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ।